ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਪੰਜਾਬੀ ਦੀ ਪੁਰਾਣੀ ਕਹਾਵਤ ਨੂੰ ਸੱਚ ਸਾਬਤ ਕਰਦਾ ਹੈ ਕਿ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਕੇ ਢੋਲ ਨਗਾਰੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ KPS ਗਿੱਲ ਦੇ ਨਾਲ ਰਾਤ ਦੇ ਹਨੇਰਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ, ਅੱਜ ਉਹਨਾਂ ਦਾ ਖੁਲਾਸਾ ਜਗ ਜ਼ਾਹਿਰ ਹੋਇਆ ਹੈ। ਸਾਡਾ ਅੱਜ ਦਾ ਮੁੱਦਾ ਇਸੇ ਖੁਲਾਸੇ 'ਤੇ ਆਧਾਰਿਤ ਹੈ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਸਾਬਕਾ ਪੁਲਿਸ ਮੁਖੀ KPS ਗਿੱਲ ਦੇ ਨਾਲ ਰਾਤ ਦੇ ਹਨੇਰਿਆਂ ਦੇ ਵਿੱਚ ਉਹ ਮੀਟਿੰਗਾਂ ਕੀਤੀਆਂ ਸਨ, ਅੱਜ ਉਹਨਾਂ ਦਾ ਖੁਲਾਸਾ ਹੋ ਚੁੱਕਾ ਹੈ। ਤੁਸੀਂ ਇਹਨਾਂ ਬਾਰੇ ਕੀ ਟਿੱਪਣੀ ਕਰਦੇ ਹੋ? ਬੀਬਾ, ਜਿਹੜੀ ਤੁਸੀਂ ਪੰਜਾਬੀ ਦੀ ਕਹਾਵਤ ਦੀ ਗੱਲ ਕੀਤੀ ਆ, ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ, ਸੋ ਇਹ KPS ਗਿੱਲ ਦੇ ਬਾਰੇ ਇੱਕ ਰਾਹੁਲ ਚੰਦਨ ਲੇਖਕ ਹੈ ਜਿਹਨੇ KPS ਗਿੱਲ ਦਾ ਪੈਰਾਮਾਊਂਟ ਕੌਪ ਇਹ ਕਿਤਾਬ ਲਿਖੀ ਆ। ਸੋ ਇਸ ਕਿਤਾਬ ਦੇ ਵਿੱਚ 246 ਪੰਨਿਆਂ ਦੀ ਇਹ ਕਿਤਾਬ ਆ, ਇਹਦਾ ਜਿਹੜਾ 210 ਅਤੇ 11 ਦਾ ਪੰਨਾ, ਉਹਦੇ ਵਿੱਚ ਇਸ ਲੇਖਕ ਨੇ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਅਤੇ KPS ਗਿੱਲ ਰਾਤ ਦੇ ਹਨੇਰਿਆਂ 'ਚ ਦੋਨਾਂ ਦੀ ਮੀਟਿੰਗ ਹੁੰਦੀ ਸੀ, ਦੋਨੇ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ, ਅਤੇ ਅਗਲੀ ਯੋਜਨਾ ਸੀ ਜਿਹੜੀ, ਅਗਲੀ ਯੋਜਨਾ ਕੀ ਕਿ ਪੰਜਾਬ ਦੇ ਵਿੱਚੋਂ ਖਾੜਕੂਵਾਦ ਨੂੰ ਖਤਮ ਕਰਨ ਲਈ ਖਾੜਕੂਆਂ ਦਾ ਖਾਤਮਾ। ਸੋ ਇੱਕ ਪਾਸੇ ਦਿਨ ਦੇ ਚਾਨਣ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮਗਰਮੱਛ ਦੇ ਹੰਝੂ ਵਹਾਉਂਦਾ ਸੀ, ਜਿੱਥੇ ਕਿਸੇ ਖਾੜਕੂ ਦਾ ਝੂਠਾ ਪੁਲਿਸ ਮੁਕਾਬਲਾ ਹੁੰਦਾ ਸੀ ਉਹਦੇ ਭੋਗ 'ਤੇ ਜਾਂਦਾ ਸੀ, ਉੱਥੇ ਝੂਠੇ ਹੰਝੂ ਵਗਾਉਂਦਾ ਸੀ, ਪਰੰਤੂ ਦੂਸਰੇ ਪਾਸੇ ਰਾਤ ਦੇ ਹਨੇਰੇ 'ਚ ਉਹ KPS ਗਿੱਲ ਦੇ ਨਾਲ ਮੀਟਿੰਗਾਂ ਕਰਦਾ ਸੀ, ਅਤੇ ਉਹ KPS ਗਿੱਲ ਜਿਹਦੇ ਸਿਰ ਸਿੱਧਾ ਸਿੱਧਾ ਦੋਸ਼ ਆ ਕਿ ਘੱਟੋ ਘੱਟ ਪੰਜਾਬ ਦੇ 25,000 ਸਿੱਖ ਨੌਜਵਾਨਾਂ ਦਾ ਉਹ ਕਾਤਲ ਆ, ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਇਹਨਾਂ ਦਾ ਚਿਹਰਾ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹਨਾਂ ਦਾ ਕਾਲਾ ਭਿਆਨਕ ਵਹਿਸ਼ੀਆਨਾ ਚਿਹਰਾ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸੋ ਉਹਨਾਂ ਨੂੰ ਵੀ ਉਸ ਨੂੰ ਵੀ ਇਹਨਾਂ ਨੇ ਖਪਾ ਦਿੱਤਾ ਸੀ। ਸੋ ਪ੍ਰਕਾਸ਼ ਸਿੰਘ ਬਾਦਲ ਦਾ ਇਹ ਚਿਹਰਾ ਨੰਗਾ ਹੋਣਾ, ਭਾਵੇਂ ਕਿ ਇਸ ਗੱਲ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਦਰਬਾਰ ਸਾਹਿਬ 'ਤੇ ਫੌਜ ਨੇ ਹਮਲਾ ਕੀਤਾ, ਅਤੇ ਉਹਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਵੇਲੇ ਦੀ ਜਿਹੜੀ ਅਕਾਲੀ ਚੁੰਡਲੀ ਸੀ, ਚਾਹੇ ਉਹ ਸੰਤ ਚਰਨ ਸਿੰਘ ਲੌਂਗੋਵਾਲ ਸੀ, ਚਾਹੇ ਗੁਰਚਰਨ ਸਿੰਘ ਟੌੜਾ ਸੀ, ਇਹਨਾਂ ਵੱਲੋਂ ਜਿਹੜਾ ਇੰਦਰਾ ਗਾਂਧੀ ਨੂੰ ਵਾਰ ਵਾਰ ਸੱਦਾ ਦਿੱਤਾ ਗਿਆ ਕਿ ਆਓ ਦਰਬਾਰ ਸਾਹਿਬ 'ਤੇ ਹਮਲਾ ਕਰੋ ਅਤੇ ਭਿੰਡਰਾਂ ਵਾਲਿਆਂ ਨੂੰ ਜਾਂ ਫੜੋ ਜਾਂ ਉਹਨੂੰ ਖਤਮ ਕਰੋ ਅਤੇ ਇੱਥੋਂ ਉਹਦਾ ਸਫਾਇਆ ਕਰੋ। ਸੋ ਦਰਬਾਰ ਸਾਹਿਬ ਸਾਕੇ ਦੇ ਲਈ ਇਹ ਲੋਕ ਦੋਸ਼ੀ ਨੇ। ਉਸ ਤੋਂ ਬਾਅਦ ਜਿਹੜਾ ਮਤਲਬ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਵਹਿਸ਼ੀਆਨਾ ਕਤਲੇਆਮ ਹੋਇਆ, ਉਹਦੇ ਵਿੱਚ ਵੀ ਇਹਨਾਂ ਦੇ ਹੱਥ ਨੇ ਜਿਹੜੇ ਰੰਗੇ ਹੋਏ ਨੇ। ਪਰੰਤੂ ਇਸ ਕਿਤਾਬ ਦਾ ਖੁਲਾਸਾ ਹੋਣ ਤੋਂ ਪਹਿਲਾਂ, ਇਹ ਜਿਹੜੀ ਕਿਤਾਬ ਅੱਜ ਸਾਡੇ ਸਾਹਮਣੇ ਆਈ ਆ, ਉਸ ਤੋਂ ਪਹਿਲਾਂ ਇਹ ਗੱਲ ਮਤਲਬ ਲੋਕਾਂ 'ਚੋਂ ਲੁਕੀ ਛਿਪੀ ਸੀ ਕਿ KPS ਗਿੱਲ ਦੇ ਨਾਲ ਬਾਦਲ ਦੀ ਕਿੰਨੀ ਜਾਰੀ ਸੀ, ਕਿੰਨੀ ਨੇੜਤਾ ਸੀ, ਕਿਸ ਤਰ੍ਹਾਂ ਦੋਨੇ ਬੈਠ ਕੇ ਇਹ ਯੋਜਨਾਵਾਂ ਘੜਦੇ ਸੀ। ਸੋ ਇਸ ਕਿਤਾਬ ਦੇ ਵਿੱਚ ਜਿਹੜਾ 210 ਅਤੇ 211 ਪੰਨਾ, ਹਾਲਾਂਕਿ 6 ਸਤੰਬਰ ਨੂੰ ਜਿਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਪੁਰਬ ਆ ਜਿਹੜਾ, ਉਹ ਖਾਲੜਾ ਮਿਸ਼ਨ ਕਮਿਸ਼ਨ ਵੱਲੋਂ ਮਨਾਇਆ ਜਾ ਰਿਹਾ, ਕੱਲ੍ਹ ਦਾ ਦੇ ਕੱਲ੍ਹ ਨੂੰ ਹੀ ਆ, ਅਤੇ ਉਸ ਸਮੇਂ ਇਹ ਕਿਤਾਬ ਆ ਜਿਹੜੀ ਇਹ ਸਿੱਖ ਪੰਥ ਦੇ ਸਾਹਮਣੇ ਰਿਲੀਜ਼ ਕੀਤੀ ਜਾਊਗੀ। ਅੱਜ ਸਿਰਫ ਅਸੀਂ ਇਹ ਦੋ ਗੱਲਾਂ ਦਾ ਖੁਲਾਸਾ ਹੀ ਕਰ ਰਹੇ ਹਾਂ ਕਿ KPS ਗਿੱਲ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਰਾਤ ਦੇ ਹਨੇਰਿਆਂ 'ਚ ਮੀਟਿੰਗਾਂ ਕਰਦਾ ਰਿਹਾ, ਉਹਦੇ ਨਾਲ ਰਾਤਾਂ ਨੂੰ ਬੈਠ ਕੇ ਖਾਣਾ ਖਾਂਦਾ ਰਿਹਾ, ਅਗਲੀ ਗੱਲ ਆ ਜਿਹੜੀ ਉਹ ਅਸੀਂ ਖੈਰ ਨਹੀਂ ਕਹਿੰਦੇ, ਪਰੰਤੂ ਹੁਣ ਇਹ ਗੱਲ ਬਿਲਕੁਲ ਸਾਫ਼ ਅਤੇ ਨੰਗੀ ਚਿੱਟੀ ਹੋ ਗਈ ਆ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਕਾਤਲਾਂ 'ਚ ਪ੍ਰਕਾਸ਼ ਸਿੰਘ ਬਾਦਲ ਵੀ ਬਰਾਬਰ ਖੜ੍ਹਾ ਹੈ।
ਕਿ ਇਸ ਤੋਂ ਇਹ ਗੱਲ ਸਾਫ਼ ਨਹੀਂ ਹੋ ਜਾਂਦੀ ਕਿ ਪੰਜਾਬ ਦੇ ਵਿੱਚ ਪੁਲਿਸ ਨੇ ਜਿਸ ਤਰ੍ਹਾਂ ਨੌਜਵਾਨਾਂ ਦਾ ਕਤਲੇਆਮ ਕੀਤਾ, ਝੂਠੇ ਪੁਲਿਸ ਮੁਕਾਬਲੇ ਕੀਤੇ, ਉਸ ਦੇ ਵਿੱਚ ਬਾਦਲ ਦਾ ਬਰਾਬਰ ਦਾ ਹੱਥ ਸੀ? ਬਿਲਕੁਲ ਬੀਬਾ, ਇਹ ਗੱਲ ਤਾਂ ਪੂਰੀ ਤਰ੍ਹਾਂ ਸਾਫ਼ ਹੋ ਗਈ ਆ। ਅੱਜ ਜਦੋਂ ਇਹ ਖੁਲਾਸਾ ਸਾਡੇ ਸਾਹਮਣੇ ਆ ਕਿ ਪ੍ਰਕਾਸ਼ ਸਿੰਘ ਬਾਦਲ KPS ਗਿੱਲ ਦੇ ਨਾਲ ਰਾਤ ਦੇ ਹਨੇਰਿਆਂ 'ਚ ਮੀਟਿੰਗਾਂ ਕਰਦਾ ਰਿਹਾ, ਉਹਦੇ ਨਾਲ ਬੈਠ ਕੇ ਖਾਣਾ ਖਾਂਦਾ ਰਿਹਾ, ਹੋਰ ਕੀ ਕੁਛ ਕਰਦਾ ਰਿਹਾ, ਇਹ ਵੀ ਸਾਹਮਣੇ ਆ ਜਾਣਾ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੇ ਉਸ ਵੇਲੇ ਝੂਠੇ ਪੁਲਿਸ ਮੁਕਾਬਲੇ ਹੋਏ, ਨਹਿਰਾਂ ਦੇ ਕੰਢਿਆਂ 'ਤੇ ਹੋਏ, ਦਰਿਆਵਾਂ ਦੇ ਕੰਢਿਆਂ 'ਤੇ ਹੋਏ, ਰੋਈਆਂ ਵੀਹਾਂ ਬੰਨਾਂ 'ਚ ਹੋਏ, ਉਹ 25,000 ਝੂਠੇ ਪੁਲਿਸ ਮੁਕਾਬਲਿਆਂ ਦਾ ਹਿਸਾਬ ਕਿਤਾਬ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ। ਉਸ ਤੋਂ ਬਾਅਦ 3 ਵਾਰ ਸਰਕਾਰ ਬਣ ਚੁੱਕੀ ਆ, 1 ਵਾਰ ਸੁਰਜੀਤ ਸਿੰਘ ਬਰਨਾਲਾ ਦੀ ਵੀ ਰਹੀ ਆ, ਅਤੇ 3 ਵਾਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਉਹ ਮੁੱਖ ਮੰਤਰੀ ਰਿਹਾ। ਅਕਾਲੀ ਦਲ ਵੱਲੋਂ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਸੀ ਵੋਟਾਂ ਤੋਂ ਪਹਿਲਾਂ, ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਦੀ ਜਾਂਚ ਕਰਾਵਾਂਗੇ, ਜੇਲ੍ਹਾਂ 'ਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਅਸੀਂ ਰਿਹਾਅ ਕਰਾਵਾਂਗੇ। ਪਰੰਤੂ ਅੱਜ ਤੱਕ ਨਾ ਕਿਸੇ ਝੂਠੇ ਪੁਲਿਸ ਮੁਕਾਬਲੇ ਦੀ ਪੜਤਾਲ ਹੋਈ ਹੈ। ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਕੀਤਾ ਗਿਆ ਬਿਲਕੁਲ ਸਾਫ਼ ਅਤੇ ਸਪੱਸ਼ਟ ਆ, ਉਹਦੇ ਬਾਰੇ ਵੀ ਜਿਹੜੀਆਂ ਜਾਂਚ ਕਮਿਸ਼ਨ ਬੈਠੇ ਜਿਹੜੀਆਂ ਰਿਪੋਰਟਾਂ ਆਈਆਂ, ਜਿਹੜੀ ਤਿਵਾੜੀ ਦੀ ਰਿਪੋਰਟ ਆਈ, ਉਹ ਸਪੱਸ਼ਟ ਰਿਪੋਰਟ ਆਉਣ ਦੇ ਬਾਵਜੂਦ ਉਹ ਦਬਾ ਲਈ ਗਈ, ਅੱਜ ਤੱਕ ਉਹ ਰਿਪੋਰਟ ਆ ਜਿਹੜੀ ਉਹ ਪੇਸ਼ ਨਹੀਂ ਕੀਤੀ ਗਈ। ਇਸ ਸੰਬੰਧੀ ਕੋਈ ਪੜਤਾਲੀਆ ਕਮਿਸ਼ਨ ਆ ਜਿਹੜਾ ਉਹ ਨਹੀਂ ਬਿਠਾਇਆ ਗਿਆ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਿਹੜਾ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ 'ਚ ਲੋਕ ਕਮਿਸ਼ਨ ਬਣਿਆ ਸੀ ਉਹਨੂੰ ਵੀ ਬੰਦ ਕਰਵਾਤਾ। ਸੋ ਸੱਚ ਨੂੰ ਸਾਹਮਣੇ ਲਿਆਉਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਭਾਗ ਦੇ ਵਿੱਚ ਕੁਛ ਨਹੀਂ ਕੀਤਾ, ਜੇ ਕੁਝ ਮਾੜਾ ਮੋਟਾ ਹੋ ਰਿਹਾ ਸੀ ਉਹਨੂੰ ਉਲਟਾ ਸਾਫ਼ ਕਰ ਦਿੱਤਾ। ਦੂਸਰੇ ਪਾਸੇ ਉਹਨੇ ਕੀ ਕੀਤਾ ਕਿ ਉਹ ਵਿਅਕਤੀ, ਉਹ ਪੁਲਿਸ ਅਫਸਰ ਜਿਹਦੇ 'ਤੇ ਇਹ ਸਾਫ਼ ਚਿੱਟਾ ਇਲਜ਼ਾਮ ਆ ਕਿ ਉਹਨੇ ਸਿੱਖ ਨੌਜਵਾਨਾਂ ਦਾ ਵਹਿਸ਼ਿਆਨਾ ਕਤਲ ਕੀਤਾ, ਉਹ ਅੱਜ ਪੰਜਾਬ ਪੁਲਿਸ ਦਾ ਮੁਖੀ ਆ। ਉਹ ਵਿਅਕਤੀ ਜਿਹਦੇ 'ਤੇ ਇਹ ਦੋਸ਼ ਲੱਗਦਾ ਕਿ ਜਿਹਨੇ ਆਪਣੀ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਇਜ਼ਹਾਰ ਆਲਮ, ਉਹਦੀ ਘਰਵਾਲੀ ਅੱਜ ਪੰਜਾਬ ਦੀ ਸੰਸਦੀ ਸਕੱਤਰ ਹੈ, ਅਤੇ ਉਹਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ। ਸੋ ਜਿਨ੍ਹਾਂ ਅਫਸਰਾਂ ਨੇ ਉਸ ਵੇਲੇ ਸਿੱਖ ਨੌਜਵਾਨਾਂ ਦਾ ਵਹਿਸ਼ੀਆਨਾ ਕਤਲੇਆਮ ਕੀਤਾ, ਅੱਜ ਉਹ ਪੰਜਾਬ ਸਰਕਾਰ ਜਿਹੜੀ ਬਾਦਲ ਸਰਕਾਰ ਆ ਉਹਦੇ ਉੱਚੇ ਅਹੁਦਿਆਂ 'ਤੇ ਨੇ, ਆਖਿਰ ਨੂੰ ਕਿਉਂ? ਸੋ ਬਾਦਲ ਜੇ ਉਸ ਵੇਲੇ ਦੇ ਪੁਲਿਸ ਅਫਸਰਾਂ ਨੂੰ, ਜਿਹੜੇ ਬਦਨਾਮ ਪੁਲਿਸ ਅਫਸਰ ਨੇ, ਜਿਹੜੇ ਕਾਤਲ ਪੁਲਿਸ ਅਫਸਰ ਨੇ, ਉਹਨਾਂ ਨੂੰ ਨਵਾਜ਼ ਰਿਹਾ ਤਾਂ ਕਿਉਂ? ਇਹ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਉਸ ਵੇਲੇ ਹੀ KPS ਗਿੱਲ ਦੇ ਸਮੇਂ ਤੋਂ ਹੀ ਬਾਦਲ ਦੀ ਜਿਹੜੀ ਸੋਚ ਸੀ, ਜਿਹੜੀ ਸਿੱਖ ਨੌਜਵਾਨਾਂ ਨੂੰ ਕਤਲ ਕਰਵਾਉਣ ਦੀ ਸੋਚ ਸੀ, ਉਹ ਉਸ ਵੇਲੇ ਦੀ ਆ ਜਿਹੜੀ ਅੱਜ ਤੱਕ ਜਾਰੀ ਆ। ਜੇ ਅਸੀਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਜੇ ਉਸ ਸੰਘਰਸ਼ ਨੂੰ ਬਾਦਲ ਡੰਡਾ ਤੰਤਰ ਨਾਲ ਦਿਵਾਉਣਾ, ਇਹ ਉਹਦੀ ਸੋਚ ਦਾ ਹਿੱਸਾ ਵਾ ਕਿ ਉਹ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਸਿੱਖ ਹਿੱਤਾਂ ਦੀ ਗੱਲ ਆ, ਸਿੱਖ ਸੰਘਰਸ਼ ਦੀ ਗੱਲ ਆ, ਉਹਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਇਹ ਉਹਦੀ ਸੋਚ 'ਚ ਭਰਿਆ ਹੋਇਆ। ਸੋ ਇਹ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਸ ਵੇਲੇ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਬਰਾਬਰ ਦਾ ਦੋਸ਼ੀ ਆ। ਜੇ ਉਹ ਬਰਾਬਰ ਦਾ ਦੋਸ਼ੀ ਨਾ ਹੁੰਦਾ ਤਾਂ ਜਦੋਂ ਉਸ ਤੋਂ ਬਾਅਦ ਉਹਦੀ ਸਰਕਾਰ ਆਈ ਆ ਤਾਂ ਉਹ ਜ਼ਰੂਰ ਉਹਨਾਂ ਦੀ ਜਾਂਚ ਪੜਤਾਲ ਕਰਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਪਾਹੇ ਟੰਗਦਾ। ਇੱਕ ਤੋਂ ਬਾਅਦ ਇੱਕ ਦੋਸ਼ ਲਗਾਤਾਰ ਬਾਦਲ ਦੇ ਵਿਰੁੱਧ ਖੜਦਾ ਹੈ। ਕੀ ਇੰਨੇ ਦੋਸ਼ ਸਾਬਤ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਫਖਰੇ ਕੌਮ ਅਤੇ ਪੰਥ ਰਤਨ ਦਾ ਅਵਾਰਡ ਵਾਪਸ ਲੈ ਸਕਦੇ ਹਨ? ਦੇਖੋ ਵੀ ਮੈਂ ਜਿਹੜੀ ਗੱਲ ਜਥੇਦਾਰਾਂ ਵਾਲੀ ਤੁਸੀਂ ਕੀਤੀ ਆ ਉਹ ਸਾਡੇ ਸਾਹਮਣੇ ਆ ਕਿ ਜਦੋਂ ਪਿਛਲੇ ਦਿਨੀ ਜਾ ਕੇ ਜਥੇਦਾਰ ਨੂੰ, ਮਤਲਬ ਸਿੱਖ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਕਿ ਬਾਦਲ ਆ ਜਿਹੜਾ ਉਹ ਸਿੱਖ ਵਿਰੋਧੀ ਆ, ਉਹ ਸਿੱਖ ਦੁਸ਼ਮਣ ਆ, ਉਹ ਕੌਮ ਦਾ ਅਕਿਰਤਕਾਣਾ, ਅਤੇ ਇਸ ਲਈ ਉਹਦੇ ਤੋਂ ਜਿਹੜਾ ਫਖਰੀ ਕੌਮ ਅਤੇ ਪੰਥ ਰਤਨ ਅਵਾਰਡ ਆ ਉਹ ਵਾਪਸ ਲੈ ਜਾਵੇ। ਜਥੇਦਾਰ ਦਾ ਅਗਲੇ ਦਿਨ ਬਿਆਨ ਸੀ ਕਿ ਇਹ ਤਾਂ ਜੀ 5 ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਦਿੱਤਾ, ਇਹਨੂੰ ਵਾਪਸ ਨਹੀਂ ਲਿਆ ਜਾ ਸਕਦਾ। ਪਰੰਤੂ ਅੱਜ
ਜਦੋਂ ਸਾਡੇ ਸਾਹਮਣੇ ਆਹ ਖੁਲਾਸਾ ਆ ਗਿਆ, ਆਹ ਕਿਤਾਬ ਦੇ ਵਿੱਚ ਜਿਹੜਾ ਖੁਲਾਸਾ ਆ ਗਿਆ ਕਿ ਇਹ ਬਾਦਲ ਆ ਜਿਹਨੇ KPS ਗਿੱਲ ਦੇ ਨਾਲ ਬੈਠ ਕੇ ਰਾਤ ਦੇ ਹਨੇਰਿਆਂ 'ਚ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਯੋਜਨਾ ਬਣਾਈ ਸੀ, ਉਹਨੂੰ ਉਤਸ਼ਾਹਿਤ ਕੀਤਾ ਸੀ, ਉਹ ਬਾਦਲ ਜਿਹਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਆ, ਇਹ ਸਾਡੇ ਸਾਹਮਣੇ ਸਾਬਤ ਹੋ ਗਿਆ, ਸਾਡੇ ਸਾਹਮਣੇ ਉਹਦੇ ਸਬੂਤ ਆ ਗਏ ਨੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਇਸ ਬਾਰੇ ਕੀ ਜਵਾਬ ਦੇਣਗੇ, ਇਹ ਆਉਣ ਵਾਲੇ ਦਿਨਾਂ 'ਚ ਜਦੋਂ ਕੋਈ ਜਥੇਬੰਦੀ ਜਾ ਕੇ ਜਥੇਦਾਰ ਨੂੰ ਪੁੱਛੂਗੀ ਕਿ ਇਸ ਗੱਲ ਦਾ ਸਾਨੂੰ ਜਵਾਬ ਦਿਓ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਅੱਜ ਜਿਹੜੇ ਸਿੱਖ ਨੌਜਵਾਨਾਂ ਦੇ ਕਤਲ ਨਾਲ ਹੱਥ ਰੰਗਣ ਦੇ ਦੋਸ਼ ਸਾਹਮਣੇ ਆਏ ਨੇ, ਉਹ ਤੋਂ ਬਾਅਦ ਤੁਸੀਂ ਹੁਣ ਇਹਨੂੰ ਫਖਰੇ ਕੌਮ ਅਤੇ ਪੰਥ ਰਤਨ ਪ੍ਰਵਾਨ ਕਰਦੇ ਹੋ, ਸੋ ਉਹ ਤੋਂ ਬਾਅਦ ਜਥੇਦਾਰਾਂ ਦਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਜਵਾਬ ਕੀ ਆਉਣਾ, ਪਰੰਤੂ ਮੈਂ ਸਮਝਦਾ ਕਿ ਇਹ ਗੱਲ ਆ ਜਿਹੜੀ ਇਹ ਵੀ ਇੱਕ ਵਾਰ ਜਥੇਦਾਰਾਂ ਦੇ ਸਾਹਮਣੇ ਲੈ ਕੇ ਜਾਣੀ ਚਾਹੀਦੀ ਆ, ਜਿਸ ਤਰ੍ਹਾਂ ਪਹਿਲਾਂ ਕੀਤੀ ਗਈ ਆ ਉਹਨਾਂ ਤੋਂ ਮੰਗ, ਅਤੇ ਇਸ ਨੂੰ ਆਧਾਰ ਬਣਾ ਕੇ ਇੱਕ ਵਾਰ ਫਿਰ ਉਹਨਾਂ ਦੀ ਜਵਾਬ ਤਲਬੀ ਆ ਜਿਹੜੀ ਕੌਮ ਵੱਲੋਂ ਜ਼ਰੂਰ ਹੋਣੀ ਚਾਹੀਦੀ ਆ, ਭਾਵੇਂ ਕਿ ਨਤੀਜਾ ਕੀ ਹੋਣਾ ਸਾਨੂੰ ਇਸ ਬਾਰੇ ਗਿਆਨ ਹੈ, ਪਰੰਤੂ ਇੱਕ ਵਾਰੀ ਜਵਾਬ ਤਲਬੀ ਕੌਮ ਵੱਲੋਂ ਜ਼ਰੂਰ ਕਰਨੀ ਚਾਹੀਦੀ ਆ ਕਿ ਜਿਸ ਵਿਅਕਤੀ 'ਤੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗਣ ਦੇ ਦੋਸ਼ ਨੇ ਜਿਹੜੇ ਸਾਬਤ ਹੋ ਰਹੇ ਨੇ, ਸਬੂਤ ਸਾਹਮਣੇ ਆ ਰਹੇ ਨੇ, ਹੁਣ ਤੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਇਹ ਸਾਡੇ ਮੈਂ ਸਮਝਦਾ ਕਿ ਜ਼ਰੂਰੀ ਹੈ। ਕੁੱਲ ਮਿਲਾ ਕੇ ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੀਬਾ, ਜਿਸ ਤਰ੍ਹਾਂ ਅਸੀਂ ਸਟਾਰਟਿੰਗ ਕੀਤੀ ਆ ਕਿ ਲੁਕ ਲੁਕ ਲਾਈਆਂ, ਸੋ ਹੁਣ ਜਦੋਂ ਬਿਲਕੁਲ ਸਾਰਾ ਕੁਝ ਸਾਫ਼ ਅਤੇ ਸਪੱਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਸੋਚ ਕੀ ਸੀ, ਇਹਨਾਂ ਲੋਕਾਂ ਦੀ ਨੀਤੀ ਕੀ ਸੀ, ਇਹਨਾਂ ਲੋਕਾਂ ਦੀ ਨੀਤ ਕੀ ਸੀ, ਅਤੇ ਇਹ ਕੌਮ ਦੇ ਪ੍ਰਤੀ ਕਿੰਨੇ ਵਫ਼ਾਦਾਰ ਨੇ ਅਤੇ ਕਿੰਨੇ ਕੌਮ ਦੇ ਦੁਸ਼ਮਣ ਨੇ, ਇਹ ਗੱਲ ਜਿਹੜੀ ਬਿਲਕੁਲ ਜਿਹੜੀ ਮਾੜੀ ਮੋਟੀ ਰਹਿੰਦੀ ਸੀ ਉਹ ਪੂਰੀ ਤਰ੍ਹਾਂ ਸਾਫ਼ ਹੋ ਗਈ ਆ। ਸੋ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦਾ, ਆਹ ਜਿਹੜਾ ਮੁੱਦਾ ਸਾਡੇ ਸਾਹਮਣੇ ਆਇਆ, ਜਿਹੜਾ ਬੜਾ ਭਿਆਨਕ ਆ, ਜਿਹੜਾ ਬੜਾ ਕਾਲਾ ਹੈ, ਸੋ ਇਸ ਮੁੱਦੇ 'ਤੇ ਪੰਥ ਦੇ ਵਿੱਚ ਜਿਹੜੀ ਮੈਂ ਸਮਝਦਾ ਕਿ ਵੱਡੇ ਪੱਧਰ 'ਤੇ ਚਰਚਾ ਵੀ ਹੋਊਗੀ। ਬਾਦਲ ਦੀ ਪਹਿਲਾਂ ਹੀ ਬਹੁਤ ਬਹੁਤ ਥੂ ਥੂ ਹੋ ਰਹੀ ਆ, ਉਸ ਤੋਂ ਵੱਧ ਹੋਰ ਥੂ ਥੂ ਆ ਜਿਹੜੀ ਉਹ ਕੌਮ ਦੇ ਵਿੱਚ ਬਾਦਲ ਦੀ ਹੋਊਗੀ। ਪਰੰਤੂ ਕੀ ਕੌਮ ਆ ਜਿਹੜੀ ਉਹ ਬਾਦਲਕਿਆਂ ਨੂੰ, ਬਾਦਲਕਿਆਂ ਦੀ ਗੁਲਾਮੀ ਗਲੋਂ ਲਾਉਣ ਲਈ ਤਿਆਰ ਹੋਊਗੀ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਆ। ਕਿਉਂਕਿ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਚੱਲ ਰਿਹਾ, ਅਤੇ ਦੂਸਰੇ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਹਾਲੇ ਵੀ ਉਹ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਣ ਲਈ ਤਿਆਰ ਨਹੀਂ, ਹਾਲੇ ਵੀ ਕਿਸੇ ਆਪੋ ਆਪਣੀ ਚੌਧਰ ਲਈ, ਨਿੱਜੀ ਸਵਾਰਥਾਂ ਲਈ, ਨਿੱਜੀ ਲੋਭ ਲਾਲਸਾ ਲਈ ਆਪੋ ਆਪਣੀ ਜਿਹੜੀ ਉਹ ਬੀਨ ਆ ਉਹ ਬਜਾਈ ਜਾ ਰਹੇ ਨੇ। ਸੋ ਜਦੋਂ ਤੱਕ ਕੌਮ ਆ ਜਿਹੜੀ ਇਕੱਠੀ ਨਹੀਂ ਹੁੰਦੀ, ਉਦੋਂ ਤੱਕ ਕੌਮ ਦੇ ਦੁਸ਼ਮਣਾਂ ਨੂੰ ਗਲੋਂ ਲਾਉਣਾ ਬੜਾ ਔਖਾ। ਸੋ ਇਹ ਇਹਨਾਂ ਗੱਲਾਂ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਬੜੀ ਸਾਫ਼ ਅਤੇ ਸਪੱਸ਼ਟ ਗੱਲ ਆਈ ਆ ਕਿ ਇੱਕ ਇਸ ਕਿਤਾਬ ਦੇ ਵਿੱਚ ਇਹ ਵੀ ਖੁਲਾਸਾ ਕਿ ਬੇਅੰਤ ਸਿੰਘ ਨੇ KPS ਗਿੱਲ ਨੂੰ ਇਹ ਗੱਲ ਲਿਖੀ ਸੀ, ਉਸ ਵੇਲੇ ਦਾ ਪੁਲਿਸ ਮੁਖੀ ਸੀ, ਕਿ ਬਾਦਲ ਤੋਂ ਸੁਰੱਖਿਆ ਜਿਹੜੀ ਵਾਪਸ ਲਈ ਜਾਵੇ, ਕਿਉਂਕਿ ਬੇਅੰਤ ਸਿੰਘ ਅਤੇ ਬਾਦਲ ਦੀ, ਕਿਉਂਕਿ ਜਦੋਂ 1994 'ਚ ਗਿੱਦੜਵਾਹਾ 'ਚ ਇਲੈਕਸ਼ਨ ਹੋਈ ਆ, ਉਸ ਵੇਲੇ ਇਹ ਦੋਨੇ ਇੱਕ ਦੂਸਰੇ ਦੇ, ਭਾਵੇਂ ਕਿ ਪਹਿਲਾਂ ਇੱਕ ਦੂਸਰੇ ਦੇ ਨੇੜਲੇ ਰਹੇ ਨੇ ਅੰਦਰੂਨੀ ਤੌਰ 'ਤੇ, ਉਸ ਵੇਲੇ ਦੋਨੇ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਗਏ ਅਤੇ ਬਾਦਲ ਨੇ ਉਹ ਇਲੈਕਸ਼ਨ ਜਿੱਤੀ ਅਤੇ ਬੇਅੰਤ ਸਿੰਘ ਉਸ ਤੋਂ ਚਿੜਿਆ, ਅਤੇ ਉਹਨੇ KPS ਗਿੱਲ ਨੂੰ ਇਸ ਬਾਰੇ ਚਿੱਠੀ ਲਿਖੀ ਕਿ ਇਹਦੇ ਤੋਂ ਬਾਦਲ ਤੋਂ ਜਿਹੜੀ ਸੁਰੱਖਿਆ ਵਾ ਉਹ ਵਾਪਸ ਲਓ। ਅਤੇ ਅੱਗੋਂ KPS ਗਿੱਲ ਨੇ ਕਿਹਾ ਸੀ ਕਿ ਬਾਦਲ ਆ ਜਿਹੜਾ ਉਹ ਬੜਾ ਸਾਡੇ ਲਈ ਬੜਾ ਅਹਿਮ ਆ, ਅਤੇ ਇਸ ਲਈ ਉਹਦੇ ਤੋਂ ਸੁਰੱਖਿਆ ਜਿਹੜੀ ਉਹ ਵਾਪਸ ਨਹੀਂ ਲਈ ਜਾ ਸਕਦੀ। ਸੋ ਇਸ ਤਰ੍ਹਾਂ ਦੇ ਸਾਰੇ ਸਬੂਤ ਨੇ ਜਿਹੜੇ ਇਹ ਕਿਤਾਬ ਦੇ ਵਿੱਚ ਕੌਮ ਦੇ ਸਾਹਮਣੇ ਆ ਜਿਹੜੇ ਉਹ ਆ ਜਾਣੇ ਨੇ, ਅਤੇ ਉਸ ਤੋਂ ਬਾਅਦ ਜਿਹੜੀ ਸਿੱਖ ਰਾਜਨੀਤੀ ਆ ਉਹਦੇ ਵਿੱਚ ਇੱਕ ਤਰ੍ਹਾਂ ਦਾ ਉਬਾਲਾ ਵਾ ਜਿਹੜਾ ਉਹ ਵੀ ਆਊਗਾ, ਪਰੰਤੂ ਉਹ ਉਬਾਲਾ ਜਿਹੜਾ ਮੈਂ ਸਮਝਦਾ ਕਿ ਜਦੋਂ ਤੱਕ ਕੌਮ ਆ ਜਿਹੜੀ ਇਸ ਮੁੱਦੇ 'ਤੇ ਇੱਕਜੁੱਟ ਨਹੀਂ ਹੁੰਦੀ, ਅਤੇ ਇਹ ਗੱਲ ਹਰ ਜਿਹੜਾ ਸਿੱਖ ਆ ਜਿਹਦੇ ਮਨ 'ਚ ਪੰਥ ਦਾ ਦਰਦ ਹੈ ਉਹ ਇਸ ਗੱਲ ਨੂੰ ਭਲੀ ਭਾਂਤ ਆਪਣੇ ਮਨ ਦੇ ਨਾਲ ਦ੍ਰਿੜ ਨਹੀਂ ਕਰ ਲੈਂਦਾ ਕਿ ਕੌਮ ਦੇ ਜਿਹੜੇ ਗਦਾਰ ਨੇ, ਕੌਮ ਦੇ ਕਿਰਤਕਾਂ ਨੇ, ਉਹਨਾਂ ਨੂੰ
ਗਲੋਂ ਲਾਉਣ ਲਈ, ਉਹਨਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਬਾਕੀ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣਾ ਚਾਹੀਦਾ। ਉਦੋਂ ਤੱਕ ਇਹ ਗੱਲਾਂ ਨੇ ਸਿਰਫ ਅਸੀਂ ਮੂੰਹ ਜ਼ਬਾਨੀ ਬਿਆਨ ਵੀ ਦੇ ਸਕਦੇ ਹਾਂ ਅਤੇ ਇਸ ਤਰ੍ਹਾਂ ਦੇ ਭਾਸ਼ਣ ਵੀ ਦਿੱਤੇ ਜਾ ਸਕਦੇ ਨੇ, ਉਸ ਤੋਂ ਅੱਗੇ ਇਹਦੀਆਂ ਕੋਈ ਹੋਰ ਪ੍ਰਾਪਤੀਆਂ ਨਹੀਂ ਹੋਣੀਆਂ। ਦਾਲ ਦੇ ਵਿੱਚ ਕਾਲਾ ਤਾਂ ਜ਼ਰੂਰ ਸੀ, ਭਾਵੇਂ ਕੌਮ ਇਸ ਗੱਲ ਨੂੰ ਭਲੀ ਭਾਂਤੀ ਜਾਣ ਚੁੱਕੀ ਸੀ, ਪਰੰਤੂ ਇੱਥੇ ਤਾਂ ਸਾਰੀ ਦਾਲ ਹੀ ਕਾਲੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੌਮ ਕੀ ਫੈਸਲਾ ਕਰਦੀ ਹੈ ਅਤੇ ਕੀ ਰੁੱਖ ਅਖਤਿਆਰ ਕਰਦੀ ਹੈ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ, ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।